ਕਸਬੇ ਦੇ ਸਿਟੀ ਹਸਪਤਾਲ ਦੇ ਬਾਹਰ ਬੈਠਾ ਬਲਵੰਤ ਸਿੰਘ ਪਤਾ ਨਹੀਂ ਕਿਹੜੇ ਖਿਆਲਾਂ ਵਿੱਚ ਗੁੰਮ ਸੀ। ਉਸ ਦਾ ਗੱਜ ਭਰਿਆ ਹੋਇਆ ਸੀ। ਬਸ ਡਲਕਣ ਹੀ ਵਾਲਾ ਸੀ। ਚਿਹਰੇ ਦਾ ਰੰਗ ਫਿੱਕਾ ਹੋਇਆ ਪਿਆ ਸੀ। ਮਹਿੰਦਰਪਾਲ ਦੇ ਦੋ ਹੀ ਬੱਚੇ ਸਨ। ਬੇਟਾ ਰਵੀਪਾਲ ਤੇ ਬੇਟੀ ਅਮਰਿਤਪਾਲ। ਦੋਹਾਂ ਦੇ ਸੁਭਾਅ ਵਿੱਚ ਰਾਤ ਦਿਨ ਦਾ ਫਰਕ ਸੀ। ਜੇ ਰਵੀ ਢੀਠ ਕੰਮਚੋਰ ਤੇ ਵੇਲੜ ਸ਼ਰਾਬੀ ਹੋਣ ਕਾਰਨ ਹਨੇਰੀ ਕਾਲੀ ਬੋਲੀ ਰਾਤ ਸੀ। ਤਾਂ ਅਮਰਤਾ ਨਿੱਗੇ ਸੁਭਾ ਮਾਲਕ ਪੜਾਈ ਵਿੱਚ ਲਾਇਕ ਨਿਮਰਤਾ ਸਿਰਤ ਸੂਰਤ ਵਿੱਚ ਸੁੰਦਰ ਸਵੇਰ ਜਈ ਸੀ ਅਮਰਤਾ ਸਬਰ ਉਸ ਨੂੰ ਪਿਆਰ ਨਾਲ ਅਮਰਤਾ ਹੀ ਸੱਜਦੇ ਸਨ ਵੱਡਿਆਂ ਦਾ ਸਤਿਕਾਰ ਛੋਟਿਆਂ ਨਾਲ ਪਿਆਰ ਸਭਨਾਂ ਦਾ ادب ਸਤਿਕਾਰ ਕਰਨ ਦੀ ਗੱਲ ਕਰਨੀ ਘਰ ਆਈ ਦੀ ਆਉ ਭਗਤ ਨਿਮਰਤਾ ਨਾਲ ਕਰਨੀ ਘਰੇਲੂ ਕੰਮਾਂ ਵਿੱਚ ਮਾਹਿਰ ਆਦੀ ਗੁਣਾਂ ਦੀ ਗੁੱਥਲੀ ਸੀ ਉਹ ਰੰਗ ਦੀ ਭਾਵੇਂ ਅਮਰਤਾ ਸਾਵਲੀ ਜੀ ਸੀ ਔਸ ਦੇ ਸੰਸਕਾਰ ਅਕਲ ਤੇ ਵਿਵੇੜੇ ਵਿੱਚ ਸਭ ਤੋਂ ਜ਼ਿਆਦਾ ਪੜ੍ਹੀ ਹੋਣ ਕਾਰਨ ਉਹ ਸਭ ਦੀ ਪਿਆਰੀ ਬੇਟੀ ਸੀ। ਮਾਤਾ ਪਿਤਾ ਨੂੰ ਉਸ ਤੇ ਬਹੁਤ ਮਾਣ ਸੀ। ਮਹਿੰਦਰਪਾਲ ਕਾਰਪੋਰੇਸ਼ਨ ਮਹਿਕਮੇ ਵਿੱਚ ਸੇਵਾਦਾਰ ਦੀ ਪੋਸਟ ਤੋਂ ਕਈ ਸਾਲਾਂ ਬਾਅਦ ਬਾਊ ਬਣ ਕੇ 2 ਸਾਲ ਪਹਿਲਾਂ ਸੇਵਾ ਮੁਕਤ ਹੋਇਆ ਸੀ। ਸੇਵਾ ਮੁਕਤੀ ਤੇ ਉਸ ਨੂੰ ਖਾਸ ਰਕਮ ਨਹੀਂ ਸੀ ਮਿਲੀ। ਜੋ ਕੁਝ ਮਿਲਿਆ ਸੀ ਉਸ ਵਿੱਚੋਂ ਕੁਝ ਬੇਟੇ ਤੇ ਬੇਟੀ ਨੂੰ ਪੜ੍ਹਾਈ ਕਰਾਉਣ ਕਰਤਰ ਖਰਚ ਕਰ ਦਿੱਤਾ ਕੁਝ ਅਮਰਤਾ ਦੇ ਵਿਆਹ ਉੱਪਰ ਜੋ ਪੈਨਸ਼ਨ ਮਿਲਦੀ ਸੀ ਉਹਦਾ ਕੁਝ ਨਿਗੂਣਾ ਜਿਹਾ ਹਿੱਸਾ ਘਰ ਦੇ ਲੋਨ ਤੇ ਚਲੀ ਜਾਂਦੀ ਰਵੀ ਨੂੰ ਉਸਨੇ ਜਿਸ ਵੀ ਕੰਮ ਵਿੱਚ ਪਾਇਆ ਉਸ ਵਿੱਚੋਂ ਕੋਈ ਨਾ ਕੋਈ ਸਿਰੇ ਚੜਿਆ ਪੈੜੇ ਯਾਰਾਂ ਦੀ ਸੰਗਤ ਵਿੱਚ ਰਲ ਕੇ ਵੇਲੜ ਬਣ ਗਿਆ ਇਹ ਕੰਮ ਭਾਵੇਂ ਮੋਟਰਸਾਈਕਲ ਦਾ ਸਰਵਿਸ ਸਟੇਸ਼ਨ ਸੀ ਕਰੀਆਨੀ ਦੀ ਦੁਕਾਨ ਸੀ ਰਵੀ ਬੀਏ ਦੀ ਪੜ੍ਹਾਈ ਵੀ ਪਹਿਲੇ ਸਾਲ ਹੀ ਛੱਡ ਚੁੱਕਿਆ ਸੀ ਦੂਜੇ ਪਾਸੇ ਅਮਰਤਾ ਨੇ ਨਰਸਿੰਗ ਦੀ ਡਿਗਰੀ ਕਰਕੇ ਪਹਿਲੇ ਦਰਜੇ ਵਿੱਚ ਹਾਸਲ ਕਰ ਲਈ ਅਮਰਤਾ ਭਾਵੇਂ ਰਵੀ ਤੋਂ 3 ਸਾਲ ਵੱਡੀ ਸੀ ਪਰ ਦੇਖਣ ਨੂੰ ਰਵੀ ਤੋਂ ਛੋਟੀ ਲੱਗਦੀ ਸੀ ਅਮਰਤਾ ਰਵੀ ਤੋਂ ਛੋਟੀ ਹੋਣ ਦੇ ਬਾਵਜੂਦ ਵੀ ਰਵੀ ਤੋਂ ਸਿਆਣੀ ਅਕਲਮੰਦ ਲਿਆਕਤ ਪੜ੍ਹਾਈ ਵਿੱਚ ਦੂਣੀ ਸੀ ਕਾਰ ਵਿੱਚ ਜੇ ਕੋਈ ਰਵੀ ਦੇ ਝਗੜੇ ਕਾਰਨ ਕਲੇਸ਼ ਹੋ ਜਾਂਦਾ ਤਾਂ ਅਮਰਤਾ ਸਭ ਨੂੰ ਗੱਲ ਵਿੱਚ ਲੈ ਕੇ ਸਮਝਾ ਲੈਂਦੀ ਤੇ ਚੁੱਪ ਕਰਵਾ ਦਿੰਦੀ ਰਵੀ ਦੀਆਂ ਪਤਾ ਨਹੀਂ ਕਿੰਨੀਆਂ ਗਲਤੀਆਂ ਨਾਦਾਨੀਆਂ ਤੇ ਉਹ ਪੜਦਾ ਪਾ ਕੇ ਕੱਢਦੀ ਰਹੀ ਰਵੀ ਮਾਪਿਓ ਦੀ ਥਾਂ ਅਮਰਤਾ ਦੀ ਗੱਲ ਮੰਨ ਲੈਂਦਾ ਸੀ ਪਰ ਪਿੱਛੋਂ ਰਵੀ ਦਾ ਫੇਰ ਉਹੀ ਹਾਲ ਰਹਿੰਦਾ ਸੀ ਮਹਿੰਦਰਪਾਲ ਤੇ ਉਹਦੀ ਪਤਨੀ ਆਸ਼ਾ ਰਵੀ ਤੋਂ ਵੀ ਜ਼ਿਆਦਾ ਪਿਆਰ ਆਪਣੀ ਧੀ ਅਮਰਤਾ ਨੂੰ ਕਰਦੇ ਸਨ ਉਹ ਮਾਪੇ ਦੀਆਂ ਅੱਖਾਂ ਵਿੱਚ ਕਦੇ ਅਥਰੂ ਨਹੀਂ ਸੀ ਦੇਖ ਸਕਦੀ। ਉਹਨਾਂ ਦੇ ਦੁਖੀ ਹੋਣ ਦੀ ਗੱਲ ਤਾਂ ਬਹੁਤ ਦੂਰ ਸੀ। ਆਪਣੇ ਭਰਾ ਦੀ ਜਿੱਦ ਪਗਾਉਣ ਲਈ ਉਹ ਮਾਪਿਓ ਨੂੰ ਵੀ ਮਨਾ ਹੀ ਲੈਂਦੀ ਸੀ। ਇਸੇ ਲਈ ਰਵੀ ਕਿਸੇ ਵੀ ਮਹਿੰਗੀ ਚੀਜ਼ ਲਈ ਹਮੇਸ਼ਾ ਅਮਰਤਾ ਨੂੰ ਸਿਫਾਰਸ਼ ਪਾਉਂਦਾ। ਫੇਰ ਚਾਹੇ ਰਵੀ ਦੇ ਕਾਲਜ ਦੀ ਪੜ੍ਹਾਈ ਲਈ ਮੋਟਰਸਾਈਕਲ ਦੀ ਮੰਗ ਕਰਨਾ ਜਾਂ ਮਹਿੰਗਾ ਫੋਨ ਲੈਣਾ ਸੀ। ਅਮਰਤਾ ਦੇ ਹਰ ਕੰਮ ਨੂੰ ਬੜੀ ਸੂਝ-ਬੂਝ ਨਾਲ ਨਿਪਟਾਉਣ ਘਰ ਦਾ ਮਾਹੌਲ ਖੁਸ਼ਗਵਾਰ ਬਣਾਈ ਰੱਖਣ ਲਈ ਸਭ ਨੂੰ ਮਤਾਂ ਦੇ ਸਮਝਾਉਣ ਕਾਰਨ ਮਹਿੰਦਰਪਾਲ ਹਮੇਸ਼ਾ ਮਤਾਂ ਦਾ ਖਜ਼ਾਨਾ ਕਹਿਗੇ ਸਦਦਾ ਮਹਿੰਦਰਪਾਲ ਨੂੰ ਅੱਜ ਦੁੱਖ ਦੀ ਘੜੀ ਪੁਰਾਣੀਆਂ ਗੱਲਾਂ ਯਾਦ ਆ ਰਹੀਆਂ ਸੀ ਜਦ ਰਵੀ ਯਾਰਾਂ ਕੋਲੋਂ ਲੋਹੜੀ ਦੇ ਤਿਉਹਾਰ ਤੇ ਸ਼ਰਾਬ ਪੀ ਕੇ ਆਇਆ ਸੀ ਘਰ ਵਿੱਚ ਬੜਾ ਕਲੇਸ਼ ਪਿਆ ਸੀ ਉਦੋਂ ਵੀ ਅਮਰਤਾ ਨੇ ਸਭ ਕੁਝ ਸੰਭਾਲ ਲਿਆ ਸੀ ਸਭ ਨੂੰ ਸਮਝਾ ਕੇ ਸ਼ਾਂਤ ਵੀ ਕਰ ਲਿਆ ਸੀ ਅਮਰਤਾ ਦੀ ਸਿਆਣਪ ਦੀਆਂ ਤੇ ਘਰਦਿਆਂ ਨਾਲ ਪਿਆਰ ਦੇ ਹਰ ਕੰਮ ਸਿਆਣਪ ਨਾਲ ਨਿਪਟਾਉਣ ਲਈ ਉਹ ਦਫ਼ਤਰ ਆਪਣੇ ਦੋਸਤ ਕਿਸ਼ਨ ਚੰਦ ਨਾਲ ਅਕਸਰ ਆਪਣੀ ਧੀ ਦੀਆਂ ਤਾਰੀਫ਼ਾਂ ਕਰਦਾ ਰਹਿੰਦਾ ਤੇ ਕਹਿੰਦਾ ਸੀ ਕਿ ਅਮਰਤਾ ਨੂੰ ਮੈਂ ਰਵੀ ਤੋਂ ਜ਼ਿਆਦਾ ਮੋਹ ਕਰਦਾ ਹਾਂ ਮੇਰੇ ਦਫ਼ਤਰ ਤੋਂ ਆਉਣ ਤੋਂ ਪਾਣੀ ਦਾ ਗਲਾਸ ਲਈ ਮੇਰੀ ਅਮਰਤਾ ਪਹਿਲਾਂ ਹੀ ਦਰਵਾਜ਼ੇ ਤੇ ਖੜੀ ਰਹਿੰਦੀ ਆ ਮੇਰੀ ਸਿਰ ਦਬਾਉਂਦੀ ਹੈ ਛੁੱਟੀ ਵਾਲੇ ਦਿਨ ਮੇਰੇ ਵਾਲਾਂ 'ਚ ਤੇਲ ਛੱਸਦੀ ਆ ਮੇਰੇ ਦਫ਼ਤਰ ਲਈ ਕੱਪੜੇ ਹਮੇਸ਼ਾ ਪ੍ਰੈਸ ਕਰਕੇ ਰੱਖਦੀ ਆ ਆਪਣੀ ਮਾਂ ਨੂੰ ਕਦੇ ਇਕੱਲੇ ਕੰਮ ਕਰਨ ਨਹੀਂ ਦਿੰਦੀ ਮੇਰੇ ਨਾਲ ਖਾਣਾ ਖਾਂਦੀ ਆ ਬੜੀ ਸੇਵਾ ਕਰਦੀ ਆ ਰੱਬ ਸਭ ਨੂੰ ਅਜਿਹੀਆਂ ਧੀਆ ਦੇਵੇ ਉਹ ਅਕਸਰ ਆਪਣੇ ਦੋਸਤ ਨੂੰ ਕਹਿੰਦਾ ਕਿਸ਼ਨ ਚੰਦ ਧੀਆ ਕਿੰਨੀਆਂ ਮਾਪਿਆਂ ਨਾਲ ਪਿਆਰ ਕਰਦੀਆਂ ਨੇ ਇਹੋ ਕਰਦੀਆਂ ਰੌਣਕ ਹੁੰਦੀਆਂ ਨੇ ਰੱਬ ਸਭ ਨੂੰ ਮੇਰੀ ਧੀ ਵਰਗੀ ਧੀ ਦੇਵੇ ਇਸ ਤੋਂ ਉਸ ਦਾ ਦੋਸਤ ਕਿਸ਼ਨ ਚੰਦ ਅਕਸਰ ਉਹਨੂੰ ਕਿਹਾ ਕਰਦਾ ਬਈ ਮਹਿੰਦਰਪਾਲਾ ਐਨਾ ਮੋਹ ਨਾ ਕਰਿਆ ਕਰ ਧੀਆ ਦਾ ਧੀਆ ਤਾਂ ਬੇਗਾਨਾ ਤੁਹਾਨੂੰ ਹੁੰਦੀਆਂ ਨੇ ਇੱਕ ਦਿਨ ਵਿਦਾ ਕਰਨੀਆਂ ਹੀ ਪੈਂਦੀਆਂ ਨੇ ਪਰ ਇਸ ਤੇ ਮਹਿੰਦਰਪਾਲ ਕੋਈ ਬਹੁਤਾ ਧਿਆਨ ਨਾ ਦਿੰਦਾ ਨਾ ਕੋਈ ਜਵਾਬ ਦਿੰਦਾ ਸ਼ਾਇਦ ਉਸ ਨੂੰ ਇਹ ਚੰਗਾ ਨਾ ਲੱਗਦਾ ਸਗੋ ਅੱਗੋ ਕਹਿੰਦਾ ਧੀਆ ਤਾਂ ਵੱਡੇ ਭਾਗਾ ਨਾਲ ਮਿਲਦੀਆਂ ਨੇ ਧੀਆ ਵੱਡੇ ਵਾ ਦਿਲ ਵਾਲੀਆਂ ਤੇ ਸਬਰ ਵਾਲੀਆਂ ਹੁੰਦੀਆਂ ਹਨ ਤਿਆਂ ਨਾਲ ਘਰ ਵਿੱਚ ਰੌਣਕਾਂ ਹੁੰਦੀਆਂ ਨੇ ਬਰਕਤਾਂ ਹੁੰਦੀਆਂ ਨੇ ਮੁੰਡੇ ਤਾਂ ਕਮੀਨੇ ਹੁੰਦੇ ਨੇ ਪਿਓ ਦੀ ਸਭ ਕਮਾਈ ਖਰਚ ਉਡਾ ਦਿੰਦੇ ਨੇ ਇਸ ਤੋਂ ਦੋਵੇਂ ਦੋਸਤ ਖਿੜਖਿੜ ਹੱਸਦੇ ਨੇ ਫਿਰ ਹੰਝੂਆਂ ਭਰੇ ਚਿਹਰੇ ਤੇ ਅਚਾਨਕ ਮੁਸਕਰਾਹਟ ਆਈ ਉਸ ਨੂੰ ਯਾਦ ਆਇਆ ਕਿ ਉਸ ਨੇ ਇੱਕ ਵਾਰ ਰਵੀ ਨੂੰ ਡਾਂਟਦੇ ਹੋਏ ਕਿਹਾ ਸੀ ਤੂੰ ਕੰਜਰ ਵਾਂ ਕੁੱਤਾ ਵਾਂ ਸੁਧਰ ਜਾ ਕੁਝ ਆਪਣੀ ਭੈਣ ਤੋਂ ਮਤ ਲੈ ਲੈ ਇਸ ਤੋਂ ਰਵੀ ਅੱਗੇ ਹੱਸ ਕੇ ਕਹਿੰਦਾ ਉਹ ਯਾਰ ਡੈਡੀ ਤੁਸੀਂ ਮੈਨੂੰ ਛਿੜਕਿਆ ਨਾ ਕਰੋ ਅਮਰਤਾ ਨੇ ਤਾਂ ਵਿਆਹ ਤੋਂ ਬਾਅਦ ਬੇਗਾਨੇ ਘਰੇ ਚਲੇ ਜਾਣਾ ਸੇਵਾ ਤੁਹਾਡੀ ਮੈਂ ਹੀ ਕਰਨੀ ਆ ਝਟ ਅਮਰਤਾ ਕਹਿੰਦੀ ਕੋਈ ਨਾ ਡੈਡੀ ਜੀ ਤੁਸੀਂ ਫਿਕਰ ਨਾ ਕਰਿਓ ਇੱਕ ਫੋਨ ਕਰ ਦੇਣਾ ਮੈਂ ਭੱਜ ਕੇ ਆਵਾਂਗੀ ਹਮੇਸ਼ਾ ਹਾਂ ਹਾਂ ਐਸ ਤੇ ਸਭ ਜਣੇ ਖੂਬ ਹੱਸਦੇ ਨੇ ਉਸ ਨੂੰ ਅੱਜ ਵੀ ਰਵੀ ਤੇ ਅਮਰਤਾ ਦਾ ਬਚਪਨ ਯਾਦ ਆ ਰਿਹਾ ਸੀ ਜਿਵੇਂ ਰਵੀ ਦਾ ਕੋਈ ਖਡਾਉਣਾ ਟੁੱਟ ਜਾਣਾ ਜਾਂ ਖਾਣ ਵਾਲੀ ਚੀਜ਼ ਹੋਰ ਲੈਣੀ ਹੁੰਦੀ ਤਾਂ ਛੱਟ ਅਮਰਤਾ ਆਪਣਾ ਖਡਾਉਣਾ ਦੇ ਦਿੰਦੀ ਤੇ ਆਪਣੀ ਚੀਜ਼ ਭਰਾ ਨੂੰ ਵੱਧ ਦੇ ਕੇ ਥੋੜੀ ਰੱਖ ਲੈਂਦੀ ਐਨਾ ਯਾਦਾਂ ਨੂੰ ਸੋਚ-ਸੋਚ ਮਹਿੰਦਰਪਾਲ ਰੋ ਰਿਹਾ ਸੀ ਤੇ ਹੱਸ ਵੀ ਰਿਹਾ ਸੀ ਦੋਵਾਂ ਦੇ ਜਵਾਨ ਹੋਏ ਤਾਂ ਰਿਸ਼ਤਿਆਂ ਦੀ ਗੱਲ ਟੁਰੀ ਰਵੀ ਵੇਲੜ ਸ਼ਰਾਬੀ ਹੋਣ ਕਾਰਨ ਰਿਸ਼ਤੇ ਆ ਕੇ ਮੁੜ ਜਾਂਦੇ ਪਰ ਅਮਰਤਾ ਦੀ ਪੜ੍ਹਾਈ ਤੇ ਸਿਰਤ ਦੀ ਵਡਿਆਈ ਹੋਣ ਕਾਰਨ ਉਸ ਨੂੰ ਇੱਕ ਦੂਰத் ਰਾਡੇ ਸ਼ਹਿਰੋਂ ਰਿਸ਼ਤਾ ਹੋ ਗਿਆ ਪਰਿਵਾਰ ਵਾਲੇ ਬਹੁਤ ਚੰਗੇ ਸਾਦਗੀ ਪਸੰਦ ਸਨ ਸਭ ਤੋਂ ਵੱਡੀ ਗੱਲ ਲੜਕੇ ਨੇ ਡਾਕਟਰੀ ਦੀ ਪੜ੍ਹਾਈ ਕੀਤੀ ਹੋਈ ਸੀ ਰਵੀ ਬਾਰੇ ਪਤਾ ਲੱਗਣ ਤੇ ਉਹਨਾਂ ਨੇ ਅਮਰਤਾ ਦੀ ਪੜ੍ਹਾਈ ਸੁਭਾ ਵਿਚਾਰਾਂ ਦੀ ਖੂਬਸੂਰਤੀ ਨੂੰ ਪਹਿਲ ਦਿੱਤੀ ਮਹਿੰਦਰਪਾਲ ਨੇ ਵੀਤੋਂ ਬਾਅਦ ਹੋ ਕੇ ਅਮਰਤਾ ਦਾ ਵਿਆਹ ਕੀਤਾ ਅਮਰਤਾ ਨੇ ਵਿਦਾ ਹੋਣ ਤੋਂ ਪਹਿਲਾਂ ਰਵੀ ਨੂੰ ਬਹੁਤ ਸਮਝਾਇਆ ਕਿ ਮੰਮੀ ਡੈਡੀ ਦਾ ਖਿਆਲ ਰੱਖੀ ਹਰ ਗੱਲ ਮੰਨੀ ਮਹਿੰਦਰਪਾਲ ਧੀ ਨੂੰ ਵਿਦਾ ਕਰਨ ਲੱਗੇ ਬੜਾ ਰੋਇਆ ਉਸ ਨੂੰ ਘਰ ਖਾਲੀ-ਖਾਲੀ ਲੱਗਦਾ ਸੀ ਉਹ ਤੇ ਉਹਦੀ ਪਤਨੀ ਆਸਾਂ ਤੋਂ ਬਹੁਤ ਉਦਾਸ ਰਹਿਣ ਲੱਗੀ ਅਮਰਤਾ ਦੇ ਵਿਆਹ ਹੋਣ ਦੀ ਦੇਰ ਸੀ ਕਿ ਕੁਝ ਦਿਨਾਂ ਪਿੱਛੇ ਰਵੀ ਦੀਆਂ ਆਦਤਾਂ ਵੱਧ ਤੋਂ ਵੱਧਰ ਹੋ ਗਈਆਂ ਸ਼ਰਾਬ ਦੇ ਨਾਲ-ਨਾਲ ਉਹਦੇ ਦੋਸਤ ਘਰ ਆਉਣੇ ਸ਼ੁਰੂ ਹੋ ਗਏ ਪਰ ਭਲੇ ਮਾਪਿਓਂ ਦਾ ਸਮਝਾਉਣਾ ਤੇ ਰੋਣਾ ਉਸ ਨੂੰ ਰੋਕ ਨਾ ਸਕਿਆ ਖੁਸ਼ ਤੋਂ ਸੁਖੀ ਵਸਦੀ ਧੀ ਨੂੰ ਦੱਸ ਕੇ ਅਮਰਤਾ ਨੂੰ ਦੁਖੀ ਨਹੀਂ ਸੀ ਕਰਨਾ ਚਾਹੁੰਦੇ ਮਹਿੰਦਰਪਾਲ ਨੇ ਆਪਣੇ ਦਫ਼ਤਰ ਵਿੱਚ ਅਸਰ ਰਸੂਕ ਤੇ ਅਫਸਰਾਂ ਦਾ ਤਰਲਾ ਮਿਹਨਤ ਕਰਕੇ ਉਸ ਨੂੰ ਆਪਣੇ ਦਫ਼ਤਰ ਵਿੱਚ ਕੱਚੀ ਅਸਾਮੀ ਦੇ ਸੇਵਾਦਾਰ ਰਖਾ ਦਿੱਤਾ ਪਰ ਉਹਦੀ ਸੇਵਾਦਾਰੀ ਤੋਂ ਹੋਮੇ ਵੱਡੀ ਹੋਣ ਕਾਰਨ ਉਸ ਨੂੰ ਸੇਵਾਦਾਰੀ ਚੰਗੀ ਨਾ ਲੱਗੀ ਨੌਕਰੀ ਛਡਾਉਣ ਵਿੱਚ ਕੁਝ ਰਹਿੰਦੀ ਕਸਰ ਉਹਦੇ ਨਸ਼ੇੜੀ ਸਾਥੀਆਂ ਨੇ ਪੂਰੀ ਕਰ ਦਿੱਤੀ ਸਾਰੇ ਮੁਹੱਲੇ ਵਿੱਚੋਂ ਸ਼ਰਾਬੀ ਵੱਜੋਂ ਮਸ਼ਹੂਰ ਹੋ ਗਿਆ ਅਮਰਤਾ ਜਦੋਂ ਵੀ ਪੇਕੇ ਆਉਂਦੀ ਰਵੀ ਨੂੰ ਸਮਝਾਬ ਜਾ ਕੇ ਆਪਣੇ ਫਰਜ਼ ਨਿਭਾ ਮੁਰ ਜਾਂਦੀ ਕਿਉਂਕਿ ਹੁਣ ਉਹਦਾ ਵੀ ਆਪਣਾ ਇੱਕ ਪਰਿਵਾਰ ਸੰਸਾਰ ਸੀ ਪਰ ਉਹਦਾ ਚਿੱਤ ਤੇ ਚੇਤਾ ਮਾਪਿਓ ਤੇ ਭਰਾਵਾਂ ਲਈ ਸੀ ਹੁਣ ਰਵੀ ਦੇ ਰਵਈਏ ਦੀ ਅਖੀਰ ਉਦੋਂ ਹੋਈ ਜਦੋਂ ਰਵੀ ਮੋਟਰਸਾਈਕਲ ਜੂਏ ਵਿੱਚ ਹਾਰ ਗਿਆ ਇਸ ਮਹਿੰਦਰਪਾਲ ਨੇ ਰਵੀ ਨੂੰ ਛਿੜਕਿਆ ਤਾਂ ਰਵੀ ਅੱਗੋਂ ਬੋਲਿਆ ਤੁਸੀਂ ਕੌਣ ਹੋ ਨਿਓ ਮੇਰੇ ਤੇ ਹੱਥ ਚੁੱਕਣ ਵਾਲੇ ਨਾਲ ਹੀ ਉਹਨੇ ਪਿਓ ਤੇ ਹੱਥ ਚੁੱਕ ਲਿਆ ਏ ਦੇਖ ਕੇ ਮਾ ਰਵੀ ਨੂੰ ਡਾਂਟਣ ਲੱਗੀ ਅੱਗੇ ਵਧੀ ਕਿ ਉਹਦੇ ਦਿਲ ਵਿੱਚ ਇੱਕ ਜ਼ੋਰਦਾਰ ਟੀ ਸੁੱਠੀ ਥਾਈ ਡਿੱਗ ਪਈ ਪਿਓ ਦੇ ਵੀ ਰੰਗ ਉੱਡ ਗਏ ਦੋਵਾਂ ਨੇ ਕਿਸੇ ਤਰ੍ਹਾਂ ਮਹਿੰਦਰ ਕੌਰ ਨੂੰ ਨੇੜੇ ਦੇ ਸਿਟੀ ਹਸਪਤਾਲ ਵਿੱਚ ਪਹੁੰਚਾਇਆ ਡਾਕਟਰਾਂ ਨੇ ਦੱਸਿਆ ਜ਼ੋਰਦਾਰ ਹਾਰਟ ਅਟੈਕ ਆਇਆ ਜਰਾ ਵੀ ਦੇਰੀ ਜਾਨ ਲੈ ਸਕਦੀ ਸੀ ਡਾਕਟਰਾਂ ਨੇ ਦੱਸਿਆ ਹਾਰਟ ਬਲਾਕੇਜ ਜ਼ਿਆਦਾ ਹੋਣ ਕਾਰਨ ਰਵੀ ਦੀ ਮਾਂ ਬਾਈਪਾਸ ਸਰਜਰੀ ਕੀਤੀ ਜਾਣੀ ਹੈ ਡਾਕਟਰਾਂ ਨੇ ਇਲਾਜ ਦਵਾਈਆਂ ਤੇ 2 ਲੱਖ ਰੁਪਏ ਦਾ ਖਰਚਾ ਆਉਣ ਬਾਰੇ ਦੱਸਿਆ। ਮਹਿੰਦਰਪਾਲ ਐਨੀ ਰਕਮ ਦਾ ਪ੍ਰਬੰਧ ਕਰਨ ਬਾਰੇ ਹੁਣ ਸੁਣ ਕੇ ਡਾਡਾ ਦੁਖੀ ਤੇ ਪਰੇਸ਼ਾਨ ਸੀ। ਆਪਣੇ ਦੋਸਤਾਂ ਨੂੰ ਮਦਦ ਦਾ ਵਾਸਤਾ ਪਾਇਆ ਤਾਂ ਦੋਸਤ ਕਿਸ਼ਨ ਚੰਦ ਨੇ ਬੇਟੇ ਨੂੰ ਵਿਦੇਸ਼ ਭੇਜਣ ਦਾ ਕਾਰਨ ਦੱਸ ਕੇ ਪੱਲਾ ਝਾੜ ਲਿਆ। ਸੋਹਣ ਸਿੰਘ ਨੇ ਪਿਛਲੇ ਮਹੀਨੇ ਡੇਂਗੂ ਦੀ ਬਿਮਾਰੀ ਕਾਰਨ ਇਲਾਜ ਹੋਏ ਖਰਚੇ ਦੀ ਦੁਹਾਈ ਪਾ ਦਿੱਤੀ। ਰਵੀ ਕੋਲੋਂ ਪੈਸੇ ਦੀ ਉਮੀਦ ਨਹੀਂ ਸੀ। ਉਹ ਤਾਂ ਬੇਰੁਜ਼ਗਾਰ ਵਿਲੜ ਪਿਓ ਦੇ ਸਿਰ ਤੇ ਭਾਰ ਸੀ ਜਿੰਦਗੀ ਦੀ ਦੌੜ ਥੱਕ ਤੋਂ ਮਹਿੰਦਰਪਾਲ ਬੇਵਸ ਹੋ ਕੇ ਹਸਪਤਾਲ ਦੇ ਬਾਹਰ ਬੈਠਾ ਗਮਗੀਨ ਹੋਇਆ ਝੁਰ ਰਿਹਾ ਸੀ ਹਸਪਤਾਲ ਦੇ ਖਰਚੇ ਤੇ ਇਲਾਜ ਬਾਰੇ ਸੋਚ ਰਿਹਾ ਸੀ ਅਗਲੇ ਹੀ ਪਲ ਮਹਿੰਦਰਪਾਲ ਦੇ ਸਾਹਮਣੇ ਅਚਾਨਕ ਵੱਡੀ ਕਾਰ ਰੁਕੀ ਜਿਸ ਚੋਂ ਨਿਕਲੇ ਆਪਣੀ ਬੇਟੀ ਤੇ ਦਮਾਦ ਨੂੰ ਦੇਖ ਕੇ ਮਹਿੰਦਰਪਾਲ ਹੈਰਾਨਗੀ ਤੇ ਖੁਸ਼ੀ ਮਿਲਵੇ ਭਾਵਾਂ ਨਾਲ ਉੱਠਿਆ ਤੇ ਬੇਟੀ ਤੇ ਦਮਾਦ ਨੂੰ ਗਲ ਵਿੱਚ ਲੈ ਕੇ ਰੋਣ ਲੱਗਿਆ ਅਮਰਤਾ ਬੋਲੀ ਰੋਵੋ ਨਾ ਡੈਡੀ ਜੀ ਤੁਸੀਂ ਮੇਰੀ ਹਿੰਮਤ ਹੋ ਤੁਸੀਂ ਰੋਵੋਗੇ ਤਾਂ ਮੈਨੂੰ ਹੌਸਲਾ ਕੌਣ ਦੇਵੇਗਾ ਤੁਹਾਡਾ ਪੁੱਤ ਆ ਗਿਆ ਹੁਣ ਮੈਂ ਸਭ ਕੁਝ ਠੀਕ ਕਰ ਦਿਆਂਗੀ ਨਾਲੇ ਮੈਨੂੰ ਬੇਟੀ ਨਹੀਂ ਬੇਟਾ ਸਮਝਿਆ ਕਰੋ ਹਰ ਮੁਸ਼ਕਿਲ ਵਿੱਚ ਸਾਂਝੀ ਕਰਿਆ ਕਰੋ ਮੈਂ ਤੁਹਾਡਾ ਪੁੱਤਾਂ ਪੁੱਤ ਮੈਨੂੰ ਰਵੀ ਨੇ ਫੋਨ ਕਰਕੇ ਸਭ ਦੱਸ ਦਿੱਤਾ ਸੀ ਪਿਤਾ ਦੇ ਨਾਂ ਕਰਨ ਤੇ ਵੀ ਹੱਥ ਵਿੱਚ ਬਦੋ ਬਦੀ ਪੈਸੇ ਧਮਾਉਂਦੇ ਅਮਰਤਾ ਬੋਲੀ ਤੁਸੀਂ ਕਿਵੇਂ ਸੋਚ ਲਿਆ ਕਿ ਤੁਸੀਂ ਇਕੱਲੇ ਹੋ ਚਲੋ ਮੰਮੀ ਨੂੰ ਠੀਕ ਕਰੀਏ ਘਰ ਲੈ ਕੇ ਚੱਲੀਏ ਅਮਰਤਾ ਦੀ ਹਿੰਮਤੀ ਸ਼ਬਦਾਂ ਨੇ ਅਮਰਤਾ ਵਰਗਾ ਅਸਰ ਕੀਤਾ ਹੁਣ ਮਹਿੰਦਰਪਾਲ ਦੇ ਚਿਹਰੇ ਤੇ ਅਦਬ ਸਕੂਨ ਤੇ ਖੁਸ਼ੀ ਸੀ ਸ਼ਾਇਦ ਕਿਸੇ ਵੱਡੇ ਭਾਰ ਚਿੰਤਾ ਤੋਂ ਮੁਕਤੀ ਦੀ ਮਹਿੰਦਰਪਾਲ ਨੇ ਅਮਰਤਾ ਨੂੰ ਘੁੱਟ ਕੇ ਗੱਲ ਨਾਲ ਲਾ ਲਿਆ ਉੱਚੀ ਉੱਚੀ ਰੋਂਦਾ ਕਹਿਣ ਲੱਗਿਆ ਰੱਬਾ ਧੀਆ ਕਦੇ ਬੇਗਾਨਾ ਤਾਂ ਨਹੀਂ ਹੁੰਦੀਆਂ ਇਹ ਤਾਂ ਮੂਲ ਹੁੰਦੀਆਂ ਨੇ ਸਦਾ ਆਪਣਾ ਧਨ ਕਦੇ ਨਾ ਮੁੱਕਣ ਵਾਲਾ ਬਰਕਤਾਂ ਭਰਿਆ ਪਿਤਾ ਨੂੰ ਦੇਖ ਕੇ ਅਮਰਤਾ ਵੀ ਰੋ ਪਈ। ਪਿਓ ਤੇ ਇੱਕ ਦੂਜੇ ਦੇ ਅਥਰੂ ਪੂੰਝ ਰਹੇ ਸਨ। ਐਨੇ ਨੂੰ ਰਵੀ ਵੀ ਪਹੁੰਚ ਗਿਆ ਤੇ ਰੋਂਦਾ ਹੋਇਆ ਪਿਤਾ ਤੇ ਭੈਣ ਅਮਰਤਾ ਦੇ ਪੈਰਾਂ ਵਿੱਚ ਡਿੱਗ ਪਿਆ ਤੇ ਮਾਫ਼ੀਆਂ ਮੰਗਣ ਲੱਗਿਆ ਕਿ ਹੁਣ ਕਦੇ ਵੀ ਆਪਣੇ ਮਾਤਾ ਪਿਤਾ ਨੂੰ ਦੁਖੀ ਨਹੀਂ ਕਰੇਗਾ। ਹਰ ਗੱਲ ਮੰਨੇਗਾ। ਸ਼ਰਾਬ ਵੀ ਨਹੀਂ ਪੀਵੇਗਾ। ਜਿਸ ਕੰਮ ਨੂੰ ਵੀ ਡੈਡੀ ਕਹਿਣਗੇ ਮਨ ਲਾ ਕੇ ਕਰੇਗਾ। ਮਹਿੰਦਰਪਾਲ ਤੇ ਅਮਰਤਾ ਰਵੀ ਨੂੰ ਮਾਫ਼ ਕਰ ਦਿੰਦੇ ਨੇ। ਗੱਲ ਨਾਲ ਲਾਉਂਦੇ ਨੇ ਫਿਰ ਉਹ ਹਸਪਤਾਲ ਦੇ ਅੰਦਰ ਚਲੇ ਜਾਂਦੇ ਹਨ ਜਿੱਥੇ ਮਹਿੰਦਰਪਾਲ ਦੀ ਪਤਨੀ ਦਾਖਲ ਸੀ ਦੋਸਤੋ ਏ ਸੀ ਅੱਜ ਦੀ ਕਹਾਣੀ ਉਮੀਦ ਹੈ ਤੁਹਾਨੂੰ ਪਸੰਦ ਆਈ ਹੋਵੇਗੀ ਮਿਲਦੇ ਹਾਂ ਜਿੱਕ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣਾ ਤੇ ਆਪਣਿਆਂ ਦਾ ਖਿਆਲ ਰੱਖਿਓ ਜੀ ਧੰਨਵਾਦ